पंजाब दे विच जिथे ईमानदार अफसर ने उत्थे ही जिहड़े रिश्वतखोर ने जिहड़े लटेरे ने जिहड़े वर्दी दे विच उह कारनामे कर जांदे ने जिहड़े वर्दी दे उत्ते कलंक बन जांदे ने। इसे तरह का एक मसला पिछले दिन ही फरीदकोट दे विच आया सी जदों 5 जणियां दे खिलाफ FIR दर्ज हो गई सी कि IG दे नाम दे उत्ते रिश्वत मंगी गई। उस दे विच एक SP रैंक दे अधिकारी ते DSP ते इंस्पैक्टर ते 2 होर व्यक्तियों के उत्ते परचा दर्ज हो गया कि उन्होंने 20 लाख रुपए की रिश्वत ले ली। हालांकि इस तो वध दी मंग भी की गई सी। और वो मसला की सी, कई साल पहलां दा एक डेरा मुखी का कतल होया सी, उस दे विचों जिहड़े नाम ने रफा दफा करन विच जां उस केस के उत्ते ब्रेक लाउण दे लई कई तरह के लालच दे के एक गगनदीप नाम के व्यक्ति नूं तों रिश्वत जिहड़ी आ मंगी जांदी है IG दे नाम दे उत्ते कि IG साहब ने कहा इन्ने को पैसों का प्रबंध कर लो फिर सारा काम ठीक ठाक हो जाएगा। तो इस तरह दीयां गल्लां दे इल्जाम दे आधार दे उत्ते ही उस शिकायतकर्ता दे आधार दे उत्ते ही परचा दर्ज हो गया। हुण विजिलेंस ने उस ही शिकायतकर्ता नूं तलब कर लिया। इस मसले दे विच विजिलेंस की सरगर्मी हुण वधदी देखी जा सकती है क्योंकि तलब जे कीता गया तो सारे सवाल पूछे जाणगे कि किस ने कित्थे पैसे मंगे। और हालांकि बयान दर्ज भी हो चुके ने पर विजिलेंस ने जिन्हां नूं तलब कीता है उन्हां तों सारी पुछगिछ होवेगी कि कौन कौन होर शामिल सी जिन्हां दे खिलाफ FIR दर्ज हुई है, आखिर दे विच उन्हां दी भूमिका कित्थे कित्थे रही है, कि वह किन्ने क कसूरवार ने। हालांकि इस मसले च जिहड़ा इंस्पैक्टर सी उसनूं बहाल भी कर दिता गया सी जिस दे खिलाफ FIR दर्ज हुई है। उसका यह भी कहना सी, पिछले दिन खबरां भी छपियां कि निजमां दे आधार दे उत्ते ही मेरी बहाली हुई है, कोई निजम नूं तोड़िया नहीं गया। पर हुण इस मसले दे विच नवां मोड़ दिखाई दे रहा। फरीदकोट दे SP ते DSP खास करके रिश्वत कांड मामले दे विच एक्शन जिन्हां दे उत्ते होया हुण अगली कार्रवाई होण दी जिहड़ी संभावना वध गई है। विजिलेंस ने बाबा गगनदास नाम दा जो है उसनूं तलब कीता है और उसने दोष लाया सी कि सब इंस्पैक्टर जिहड़ा प्राशर है ਉਹ ਵੀ ਇਸ ਦੇ ਵਿੱਚ ਮਿਲਿਆ ਹੋਇਆ। ਦਾਅਵੇ ਵੱਖੋ ਵੱਖਰੇ ਕੀਤੇ ਜਾ ਰਹੇ ਨੇ, ਹਾਲਾਂਕਿ ਕਿਹਾ ਜਾ ਰਿਹਾ ਕਿ ਉਸਦਾ ਤਬਾਦਲਾ ਜਿਹੜਾ ਉਹ ਕੀਤਾ ਗਿਆ ਪਰ ਉਹ ਲੀਵ ਦੇ ਉੱਤੇ ਵੀ ਚੱਲ ਰਿਹਾ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਬਹੁ ਚਰਚਿਤ ਜਿਹੜਾ ਮਾਮਲਾ ਭਖਿਆ ਹੋਇਆ ਸੁਰਖੀਆਂ ਬਣ ਚੁੱਕਿਆ ਹੈ। ਬਾਬਾ ਦਿਆਲ ਦਾਸ ਕਤਲ ਕਾਂਡ ਹੋਇਆ ਸੀ, ਉਸ ਦੇ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਜਾਂਚ ਅੱਗੇ ਵੱਧਦੀ ਦਿਖਾਈ ਦੇ ਰਹੀ ਹੈ। ਜਿਹੜਾ ਪੀੜਤ ਹੈ ਜਿਸ ਨੇ ਸ਼ਿਕਾਇਤ ਕੀਤੀ ਬਾਬਾ ਗਗਨਦਾਸ ਨੂੰ ਫਿਰੋਜ਼ਪੁਰ ਦਫ਼ਤਰ ਦੇ ਵਿੱਚ ਵਿਜੀਲੈਂਸ ਨੇ ਜਾਂਚ ਦੇ ਲਈ ਸੱਦ ਲਿਆ। ਬਾਬਾ ਗਗਨਦਾਸ ਨੇ ਹੀ IG ਦੇ ਨਾਮ ਦੇ ਉੱਤੇ ਫਰੀਦਕੋਟ ਪੁਲਿਸ ਦੇ ਅਧਿਕਾਰੀਆਂ 'ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਸੀ ਔਰ ਇਹ ਕਿਹਾ ਸੀ ਕਿ ਉਸ ਤੋਂ 20 ਲੱਖ ਰੁਪਏ ਲੈਣ ਦਾ ਜਿਹੜਾ ਮੰਗ ਕੀਤੀ ਗਈ, ਜਿਸ ਤੋਂ ਬਾਅਦ ਉਸਨੇ ਸ਼ਿਕਾਇਤ ਕਰ ਦਿੱਤੀ ਤਾਂ ਤਿੰਨਾਂ ਦੋਸ਼ੀਆਂ ਦੇ ਜਿਹੜੇ ਤਬਾਦਲੇ ਨੇ ਉਹ ਮੋਗੇ ਦੇ ਵਿੱਚ ਕਰ ਦਿੱਤੇ ਗਏ ਸੀ। ਰਿਸ਼ਵਤ ਕਾਂਡ ਮਾਮਲੇ ਦੇ ਵਿੱਚ ਹਾਲੇ ਤੱਕ ਜਿਹੜੇ ਮੁਲਜ਼ਮ ਪਾਏ ਗਏ ਨੇ ਜਿਨ੍ਹਾਂ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ SP ਗਗਨੇਸ਼ ਕੁਮਾਰ, DSP ਸੁਸ਼ੀਲ ਕੁਮਾਰ ਦੇ ਨਾਲ IG ਦਫ਼ਤਰ ਦੇ ਵਿੱਚ ਹੀ ਤੈਨਾਤ ਸਬ ਇੰਸਪੈਕਟਰ ਖੇਮ ਚੰਦਰ ਪਰਾਸ਼ਰ, ਉਹਨਾਂ ਦੇ ਉੱਤੇ ਹੁਣ ਹਾਲੇ ਤੱਕ ਸਸਪੈਂਸ ਬਰਕਰਾਰ ਹੈ ਕਿ ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਫਿਲਹਾਲ ਮੋਗਾ ਤਬਾਦਲੇ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਸਰ ਜਾਵੇਗਾ। ਕਿਉਂਕਿ ਜਦੋਂ ਵੀ ਵੱਡੇ ਅਫਸਰਾਂ ਦੇ ਖਿਲਾਫ਼ ਕੋਈ ਨਾ ਕੋਈ FIR ਦਰਜ ਹੋ ਜਾਵੇ ਜਾਂ ਕੋਈ ਸਵਾਲ ਉੱਠ ਜਾਣ ਤਾਂ ਉਸ ਦੇ ਵਿੱਚ ਜਿਹੜੀ ਤਫਤੀਸ਼ ਹੈ ਉਹ ਵੀ ਕਾਫੀ ਸਮਾਂ ਲੈ ਲੈਂਦੀ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਹੁੰਦਿਆਂ ਹੁੰਦਿਆਂ। ਹਾਲਾਂਕਿ ਵਿਜੀਲੈਂਸ ਦੀ ਸਿਫਾਰਿਸ਼ 'ਤੇ ਹੀ ਕੋਟਕਪੂਰਾ ਸਦਰ ਥਾਣੇ ਦੇ ਵਿੱਚ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਗਿਆ। ਵਿਜੀਲੈਂਸ ਦਖਲ ਨਾ ਦਿੰਦੀ ਤਾਂ ਹੋ ਸਕਦਾ ਹੈ ਮੁਕੱਦਮਾ ਵੀ ਦਰਜ ਨਾ ਹੁੰਦਾ ਜਾਂ ਫਿਰ ਲਟਕ ਜਾਂਦਾ। ਤਾਂ ਫਰੀਦਕੋਟ ਜ਼ਿਲ੍ਹੇ ਤੋਂ ਬਾਹਰ ਉਹਨਾਂ ਨੂੰ ਕਰ ਦਿੱਤਾ ਗਿਆ, ਉਹਨਾਂ ਤਿੰਨਾਂ ਨੂੰ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ, ਜਿਸ ਦੇ ਵਿੱਚ ਪਰਾਸ਼ਰ ਦਾ ਤਬਾਦਲਾ ਮੋਗੇ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ। ਪਰਾਸ਼ਰ ਦੇ ਜੁਆਇਨ ਕਰਨ ਦੀ ਬਜਾਏ ਉਹ ਮੈਡੀਕਲ ਲੀਵ ਦੇ ਉੱਤੇ ਚੱਲ ਰਿਹਾ, ਇਹ ਜਾਣਕਾਰੀ ਮਿਲੀ ਹੈ। ਫਰੀਦਕੋਟ SSP ਹਰਜੀਤ ਸਿੰਘ ਨੇ ਵੀ ਦੱਸਿਆ ਕਿ 2 ਜੂਨ 2023 ਨੂੰ ਕੋਟਕਪੂਰਾ ਸਦਰ ਥਾਣੇ ਦੇ ਵਿੱਚ ਦਰਜ ਮੁਕੱਦਮੇ ਦੇ ਵਿੱਚ SP ਗਗਨੇਸ਼ ਕੁਮਾਰ, DSP ਸੁਸ਼ੀਲ ਕੁਮਾਰ, ਸਬ ਇੰਸਪੈਕਟਰ ਖੇਮ ਚੰਦਰ ਪਰਾਸ਼ਰ ਦਾ ਨਾਮ ਆਉਣ ਤੋਂ ਬਾਅਦ ਤਿੰਨਾਂ ਦਾ ਤਬਾਦਲਾ ਫਰੀਦਕੋਟ ਜ਼ਿਲ੍ਹੇ ਤੋਂ ਬਾਹਰ ਕੀਤਾ ਗਿਆ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਤਾਂ ਕਿ ਇਸ ਕੇਸ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਪ੍ਰਭਾਵ ਨਾ ਪਵੇ। ਪਰਾਸ਼ਰ ਨੂੰ ਸਸਪੈਂਡ ਵੀ ਕੀਤੇ ਜਾਣ ਦੀ ਖਬਰ ਸੀ ਪਰ ਉਹਨਾਂ ਦਾ ਵੀ ਤਬਾਦਲਾ ਹੋਇਆ, ਇਸ 'ਤੇ ਮੋਗਾ ਦੇ SSP ਨੇ ਹੀ ਜਿਹੜਾ ਜਾਣਕਾਰੀ ਦਿੱਤੀ ਹੈ। ਪਰਾਸ਼ਰ IG ਦਫ਼ਤਰ ਦੇ ਵਿੱਚ ਅਟੈਚ ਸੀ, ਉੱਥੇ ਤੈਨਾਤ ਸੀ ਅਤੇ ਮੁਕਤਸਰ ਤੋਂ ਉਹ ਸਸਪੈਂਡ ਵੀ ਕੀਤਾ ਜਾ ਚੁੱਕਾ। ਉੱਥੇ ਜ਼ਿਲ੍ਹਾ ਮੋਗਾ ਦੇ SSP JLE ਚੇਜ਼ੀਅਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਪਰਾਸ਼ਰ ਹੈ ਸਬ ਇੰਸਪੈਕਟਰ ਉਸਨੂੰ ਮੋਗਾ ਦੇ ਵਿੱਚ ਹੀ ਤੈਨਾਤ ਹੁਣ ਕੀਤਾ ਗਿਆ ਪਰ ਪਰਾਸ਼ਰ ਨੇ ਜੁਆਇਨ ਹਾਲੇ ਨਹੀਂ ਕੀਤਾ, ਉਹ ਮੈਡੀਕਲ ਲੀਵ ਦੇ ਉੱਤੇ ਚੱਲ ਰਿਹਾ।
ਹੁਣ ਮੈਡੀਕਲ ਲੀਵ ਵਾਕਈ ਉਸਦੇ ਜਿਹੜੇ ਮੈਡੀਕਲ ਕਾਰਨਾਂ ਕਰਕੇ ਉਸਨੇ ਲਈ ਹੋਈ ਆ ਜਾਂ ਫਿਰ ਇਸ ਕੇਸ ਤੋਂ ਛੁਟਕਾਰਾ ਪਾਉਣ ਦੀ ਖਾਤਰ ਮੈਡੀਕਲ ਲੀਵ 'ਤੇ ਚੱਲ ਰਿਹਾ ਇਸ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਇਸ ਬਾਰੇ ਕਿਸੇ ਨੇ ਵੀ ਕੋਈ ਹਾਲੇ ਤੱਕ ਜਾਣਕਾਰੀ ਸਾਂਝੀ ਨਹੀਂ ਕੀਤੀ ਉਸ 'ਤੇ ਸਸਪੈਂਡ ਹੋਣ ਤੋਂ ਬਾਅਦ ਜਿਹੜੀ ਹੈ ਜਾਣਕਾਰੀ ਇਹ ਵੀ ਦਿੱਤੀ ਗਈ ਸੀ ਕਿ ਉਸਨੂੰ ਜਿਹੜਾ ਬਹਾਲ ਵੀ ਕੀਤਾ ਗਿਆ ਪ੍ਰੈਸ਼ਰ ਡਿਊਟੀ ਦੀ ਜਿਹੜੀ ਡਿਊਟੀ ਹੈ ਉਹ ਦੱਸਿਆ ਜਾ ਰਿਹਾ ਸੀ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸੀ ਉੱਥੋਂ ਫਰੀਦਕੋਟ ਦੇ ਵਿੱਚ ਆਈ ਜੀ ਦਫ਼ਤਰ ਦੇ ਵਿੱਚ ਅਟੈਚ ਕੀਤਾ ਗਿਆ ਉਸ ਤੋਂ ਬਾਅਦ ਮੁਕਤਸਰ ਸਾਹਿਬ ਤੋਂ ਉਸਨੂੰ ਸਸਪੈਂਡ ਵੀ ਹੈ ਜਿਹੜਾ ਪਹਿਲਾਂ ਕੀਤਾ ਜਾ ਚੁੱਕਿਆ ਜਾਣਕਾਰੀਆਂ ਵੀ ਨੇ ਪਰ ਜਿੱਥੋਂ ਤੱਕ ਰਹੀ ਗੱਲ ਉਸ ਹੱਤਿਆ ਮਾਮਲੇ ਦੀ ਕਤਲ ਕਾਂਡ ਦੀ ਜਿਸ ਦੇ ਵਿੱਚ ਬਦਲੇ ਬਾਬਾ ਗਗਨ ਦਾਸ ਜਿਸ ਨੂੰ ਤਲਬ ਕੀਤਾ ਗਿਆ ਵਿਜੀਲੈਂਸ ਨੇ ਫਿਰੋਜ਼ਪੁਰ ਦਫ਼ਤਰ ਦੇ ਵਿੱਚ ਉਸ ਤੋਂ ਪੁੱਛਗਿੱਛ ਹੋਵੇਗੀ ਉਹ ਹੋਰ ਕੀ ਕੁਝ ਦੱਸਦਾ ਇਹਨਾਂ ਸਾਰਿਆਂ ਦੇ ਬਾਰੇ ਜਿਨ੍ਹਾਂ ਖਿਲਾਫ਼ FIR ਦਰਜ ਹੋਈ ਹੈ ਹਾਲਾਂਕਿ ਜਿਹੜਾ ਵਿਜੀਲੈਂਸ ਨੇ ਹੀ ਸਿਫਾਰਿਸ਼ ਕੀਤੀ ਸੀ ਇਸੇ ਕਰਕੇ ਉਹ ਮਾਮਲਾ ਦਰਜ ਕਰਨਾ ਪਿਆ ਪੁਲਿਸ ਨੂੰ ਅਤੇ ਹੁਣ ਉਹ ਜਿਹੜਾ ਮਾਮਲਾ ਦਰਜ ਹੋਣ ਤੋਂ ਬਾਅਦ ਇਹਨਾਂ ਤਿੰਨਾਂ ਅਧਿਕਾਰੀਆਂ ਦੇ ਖਿਲਾਫ਼ ਖਾਸ ਕਰਕੇ ਸਬ ਇੰਸਪੈਕਟਰ SP ਅਤੇ DSP ਕਿ ਵਾਕਈ ਇਹ ਦੋਸ਼ੀ ਪਾਏ ਜਾਂਦੇ ਨੇ ਜਿਹੜਾ ਇਹਨਾਂ 'ਤੇ ਇਲਜ਼ਾਮ ਲੱਗਾ ਉਸ ਦੇ ਸਬੂਤ ਵੀ ਉਸਨੇ ਜਿਹੜੇ ਨੇ ਪੀੜਤ ਨੇ ਦਿੱਤੇ ਨੇ ਤਾਸ਼ੇ ਕਰਕੇ ਪਰਚਾ ਦਰਜ ਹੋਇਆ ਹੋਵੇਗਾ ਜੇਕਰ ਉਹ ਸਬੂਤ ਪੁਖਤਾ ਨੇ ਉਹਨਾਂ ਦੀ ਪੁਸ਼ਟੀ ਹੋ ਜਾਂਦੀ ਹੈ ਜਾਂਚ ਮੁਕੰਮਲ ਹੋ ਜਾਂਦੀ ਹੈ ਤਾਂ ਕੀ ਉਹਨਾਂ ਨੂੰ ਵੀ ਉਹਨਾਂ ਦੇ ਅਹੁਦਿਆਂ ਤੋਂ ਡਿਸਮਿਸ ਕੀਤਾ ਜਾਵੇਗਾ ਸਸਪੈਂਡ ਕੀਤਾ ਜਾਵੇਗਾ ਜਾਂ ਫਿਰ ਇਸ ਮਸਲੇ ਦੇ ਵਿੱਚ ਕਾਰਵਾਈ ਹਾਲੇ ਲਟਕਦੀ ਹੀ ਨਜ਼ਰ ਆਵੇਗੀ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਇਸ ਵਿੱਚ ਇੱਕ ਨਵਾਂ ਮੋੜ ਇਹ ਆ ਰਿਹਾ ਕਿ ਇਸ ਤੋਂ ਪੁੱਛਗਿੱਛ ਦੇ ਲਈ ਜਿਹੜਾ ਪੀੜਤ ਸੀ ਜਿਸ ਨੇ ਸ਼ਿਕਾਇਤ ਕੀਤੀ ਉਸ ਨੂੰ ਤਾਂ ਸੱਦਿਆ ਗਿਆ ਪਰ ਜਿਹੜੇ ਅਧਿਕਾਰੀਆਂ ਦੇ ਖਿਲਾਫ਼ ਮਾਮਲਾ ਦਰਜ ਹੋਇਆ ਉਹਨਾਂ ਦੇ ਫਿਲਹਾਲ ਤਬਾਦਲੇ ਹੋਏ ਨੇ ਅਤੇ ਉਸ ਦੇ ਵਿੱਚੋਂ ਜਿਹੜਾ ਸਬ ਇੰਸਪੈਕਟਰ ਜਿਸ ਦੇ ਉੱਤੇ ਵਾਰ ਵਾਰ ਉਂਗਲ ਉੱਠਦੀ ਰਹੀ ਹੈ ਪਹਿਲਾਂ ਵੀ ਉਹ ਇੱਕ ਵਾਰੀ ਸਸਪੈਂਡ ਵੀ ਹੋਇਆ ਮੁਕਤਸਰ ਤੋਂ ਉਹ ਵੀ ਮੈਡੀਕਲ ਲੀਵ 'ਤੇ ਚੱਲ ਰਿਹਾ ਹਾਲਾਂਕਿ ਉਸਦੀ ਬਦਲੀ ਮੋਗੇ 'ਚ ਕੀਤੀ ਗਈ ਸੀ ਪਰ ਉਸਨੇ ਮੋਗੇ ਦੇ ਵਿੱਚ ਹਾਲੇ ਤੱਕ ਜੁਆਇਨ ਨਹੀਂ ਕੀਤਾ ਇਸ ਬਾਰੇ ਜਾਣਕਾਰੀ ਖੁਦ SSP ਮੋਗਾ ਨੇ ਦੇ ਦਿੱਤੀ ਹੈ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਕਿਸ ਦੇ ਉੱਤੇ ਕਦੋਂ ਕਾਰਵਾਈ ਹੁੰਦੀ ਹੈ ਅਤੇ ਕੌਣ ਕਿੰਨਾ ਦੋਸ਼ੀ ਪਾਇਆ ਜਾਂਦਾ ਹੈ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ